ਨਸ਼ੇ 'ਚ ਧੂਤ ਕਾਰ ਚਾਲਕ ਨੇ ਐਕਟਿਵਾ ਨੂੰ ਮਾਰੀ ਟੱਕਰ। ਹਾਦਸੇ 'ਚ ਬੁੱਝ ਗਏ ਇੱਕੋ ਘਰ ਦੇ ਦੋ ਚਿਰਾਗ। ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸੜਕ ਹਾਦਸੇ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਹੈ। ਲੁਧਿਆਣਾ ਦੇ ਪ੍ਰੀਤ ਪੈਲਸ ਨੇੜੇ ਇਸ ਕਾਰ ਅਤੇ ਐਕਟਿਵਾ ਦੀ ਟੱਕਰ ਹੋ ਗਈ, ਜਿਸਦੇ ਚੱਲਦੇ ਇਹ ਸਾਰੀ ਘਟਨਾ ਵੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ, ਜਿਸਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਚਾਲਕ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ, ਤਾਂ ਉੱਥੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਹਾਦਸਾ ਦੇਰ ਰਾਤ ਵਾਪਰਿਆ ਹੈ। ਪੀੜਿਤ ਮਹਿਲਾ ਦਾ ਕਹਿਣਾ ਹੈ ਕਿ ਉਸਨੇ ਆਪਣੀ ਬੇਟੀ ਨੂੰ ਕੁਲਫੀ ਲਿਆਉਣ ਲਈ ਕਿਹਾ ਅਤੇ ਜਦੋਂ ਉਸਨੇ ਕਈ ਵਾਰ ਆਪਣੀ ਬੇਟੀ ਨੂੰ ਫੋਨ ਕੀਤਾ ਤਾਂ ਉਸਦੀ ਬੇਟੀ ਦੇ ਵੱਲੋਂ ਫੋਨ ਨਹੀਂ ਉਠਾਇਆ ਗਿਆ ਅਤੇ ਉਸ ਦੌਰਾਨ ਕਿਸੇ ਵਿਅਕਤੀ ਨੇ ਹਾਦਸਾ ਗ੍ਰਸਤ ਲੜਕੀ ਦਾ ਸਿਮ ਉਸਦੇ ਫੋਨ ਦੇ ਵਿੱਚ ਪਾ ਕੇ ਪੀੜਿਤ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਇੱਕ ਸੜਕ ਹਾਦਸੇ ਦੇ ਵਿੱਚ ਇਹ ਦੋਨਾਂ ਨੂੰ ਕਈ ਸੱਟਾਂ ਲੱਗੀਆਂ ਨੇ, ਜਿਸਦੇ ਚੱਲਦੇ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਉੱਥੇ ਹੀ ਪੀੜਿਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਸਿਵਲ ਹਸਪਤਾਲ ਪਹੁੰਚੇ ਤਾਂ ਇਹਨਾਂ ਦੋਵੇਂ ਜੀਆਂ ਦੀ ਮੌਤ ਹੋ ਚੁੱਕੀ ਸੀ। ਪੀੜਿਤ ਸੁਨੀਤਾ ਨੇ ਦੱਸਿਆ ਕਿ ਹਾਲੇ ਤੱਕ ਉਸਦੀ ਬੇਟੀ ਦੇ ਗਲੇ ਦੇ ਵਿੱਚ ਪਾਈ 1.5 ਤੋਲੇ ਵਜ਼ਨ ਦੀ ਚੈਨ ਵੀ ਬਰਾਮਦ ਨਹੀਂ ਹੋਈ। ਉੱਥੇ ਹੀ ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਮੌਕੇ 'ਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਤਾਂ ਉੱਥੇ ਹੀ ਪੀੜਿਤ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਦੇ ਵਿੱਚ ਕੁੱਲ 5 ਲੋਕ ਸ਼ਾਮਿਲ ਸੀ, ਤਾਂ ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਹਾਲੇ ਤੱਕ ਇਸ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਫੜੇ ਗਏ ਦੋਵੇਂ ਵਿਅਕਤੀ ਨਸ਼ੇ ਦੇ ਵਿੱਚ ਧੂਤ ਸੀ, ਜਿਸਦੀ ਰਿਪੋਰਟ ਹਾਲੇ ਤੱਕ ਉਹਨਾਂ ਨੂੰ ਨਹੀਂ ਮਿਲੀ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਰੀ ਘਟਨਾ ਨੂੰ 4 ਦਿਨ ਬੀਤ ਚੁੱਕੇ ਨੇ ਤਾਂ ਇਸ ਦੌਰਾਨ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਅਪੀਲ ਕੀਤੀ ਹੈ। ਆਪਣੀ ਬੇਟੀ ਨੂੰ ਮੈਂ ਕਿਹਾ ਮੈਨੂੰ ਘਬਰਾਹਟ ਹੋ ਰਹੀ ਹੈ, ਮੇਰੇ ਲਈ ਕੁਲਫੀ ਲੈ ਕੇ ਆਈ ਅਤੇ ਇੰਨੇ ਨੂੰ 11:20 'ਤੇ ਵੀ ਅਸੀਂ ਫੋਨ ਕੀਤਾ, 25 'ਤੇ ਕੀਤਾ, 30 'ਤੇ ਕੀਤਾ, ਸਾਨੂੰ ਕੋਈ ਖਬਰ ਨਹੀਂ ਆਈ। ਮੇਰਾ ਬੱਚਾ ਜਿਹੜਾ ਮੁੰਡਾ ਸੀ ਉਹ ਗੁੱਸਾ ਕਰ ਗਿਆ, ਕਹਿੰਦਾ ਭਾਬੀ ਫੋਨ ਨਹੀਂ ਚੱਕ ਰਹੀ। ਇੰਨਾ ਨਹੀਂ ਪਤਾ ਸਾਨੂੰ ਕਿਸੇ ਨੇ ਉਹਦਾ ਸਿਮ ਪਾ ਕੇ ਸਾਨੂੰ ਫੋਨ ਕੀਤਾ ਕਿ ਉਹ ਤਾਂ ਵੀ ਮੈਂ ਸਿਵਲ ਹਸਪਤਾਲ ਲੈ ਕੇ ਚੱਲਿਆ ਵਾਂ, ਸਾਡੇ ਰੋਂਗਟੇ ਖੜ੍ਹੇ ਹੋ ਗਏ ਕਿ ਇੰਨੀਆਂ ਸੱਟਾਂ ਕਿੱਦਾਂ ਲੱਗ ਗਈਆਂ ਮੇਰੇ ਬੱਚਿਆਂ ਨੂੰ ਜਿਹੜੇ ਲੈ ਕੇ ਚੱਲੇ ਨੇ। ਅਸੀਂ ਗਏ ਅਤੇ ਉੱਥੇ ਬਿਲਕੁਲ ਹੀ ਉਹ ਵੀ ਡੈਡ ਸੀ। ਅਸੀਂ 9:30 ਇਹ 11:30 ਦਾ ਟਾਈਮ ਸੀ ਜਦੋਂ ਅਸੀਂ ਹਸਪਤਾਲ ਪਹੁੰਚੇ ਹਾਂ। ਡੈਥ ਹੋ ਚੁੱਕੀ ਸੀ ਉਹਦੀ, ਸਮਾਨ ਵੀ ਉਹਦਾ ਕੋਈ ਉਹਨੇ ਜਿਹੜਾ ਪਾਇਆ ਸੀ ਉਹ ਵੀ ਲਾ ਚੁੱਕੇ ਸੀ, ਕੋਈ ਨਹੀਂ ਹੈਗਾ ਸੀ, ਸਮਾਨ ਵੀ ਉਹਨੇ ਪਾਇਆ ਹੋਇਆ। ਨਹੀਂ ਮਿਲਿਆ, ਚੈਨ ਨਹੀਂ ਪਾਈ ਸੀ 1.5 ਤੋਲੇ ਦੀ, ਨਹੀਂ ਮਿਲੀ।
ਤੇ ਸਾਨੂੰ ਸਾਡੇ ਬੱਚਿਆਂ ਦਾ ਇਨਸਾਫ ਚਾਹੀਦਾ। ਸਾਡੇ ਬੱਚੇ, ਮੇਰਾ ਛੋਟਾ ਜਿਹਾ ਪੋਤਰਾ 6 ਸਾਲ ਦਾ, ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਅਸੀਂ ਉਹਦੇ ਸਿਰ 'ਤੇ ਸਾਡਾ ਘਰ ਸੀ, ਇਹ ਤਾਂ ਬੱਚੇ ਦੇਖ ਲਓ ਦੋਨੇ ਹੀ ਹੈ, ਬਸ ਉਹੀ ਸੀ ਸਾਡਾ ਕਰਤਾ ਧਰਤਾ ਬਸ। ਮੇਰਾ ਨਾਮ ਜੀ ਅਮਿਤ ਕੁਮਾਰ ਜੀ। ਕਿੰਨੇ ਵਜੇ ਐਕਸੀਡੈਂਟ ਹੋਇਆ ਜੀ? ਐਕਸੀਡੈਂਟ ਹੋਇਆ ਜੀ 11:30 ਵਜੇ। ਕਿੰਨੇ ਦਿਨ ਪਹਿਲਾਂ? 19 ਤਰੀਕ ਨੂੰ ਜੀ। ਕਿਵੇਂ ਕੀ ਕਰਨ ਗਏ ਸੀ? ਇਹ ਜੀ ਆਪਣਾ ਮੇਰੇ ਭਰਾ ਭਰਜਾਈ ਆਪਣੇ ਮੰਮੀ ਡੈਡੀ ਨੂੰ ਉੱਧਰ ਮਿਲਣ ਗਏ ਸੀਗੇ, ਸਹੁਰੇ ਪਰਿਵਾਰ ਵੱਲ ਸ਼ਿਮਲਾਪੁਰੀ। ਅਤੇ ਉੱਧਰੋਂ ਵਾਪਸੀ ਆਉਂਦੇ ਹੋਏ ਪ੍ਰੀਤ ਪੈਲਸ ਵਾਲੀ ਰੋਡ ਵਾਲੀ ਸਾਈਡ 'ਤੇ ਉੱਥੇ ਐਕਸੀਡੈਂਟ ਹੋਇਆ। ਪਿੱਛੋਂ ਦੀ ਕਾਰ ਆ ਰਹੀ ਸੀ, ਐਕਟਿਵਾ ਦੇ ਵਿੱਚ ਵੱਜੀ। ਅਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਿਸੇ ਨੇ ਪਤਾ ਚੱਲਿਆ, ਅਸੀਂ ਫੋਨ ਕਰ ਰਹੇ ਸੀਗੇ, ਫੋਨ ਚੱਕ ਨਹੀਂ ਰਹੇ ਸੀ, ਕਿਸੇ ਨੇ ਮੋਬਾਈਲ 'ਚ ਸਿਮ ਪਾ ਕੇ ਅਤੇ ਸਾਨੂੰ ਦੱਸਿਆ ਜੀ ਇੱਦਾਂ ਕਰਕੇ ਐਕਸੀਡੈਂਟ ਹੋ ਗਿਆ ਵਾ, ਤੁਸੀਂ ਸਿਵਲ ਹਸਪਤਾਲ ਪਹੁੰਚੋ। ਜਦੋਂ ਅਸੀਂ ਮੌਕੇ 'ਤੇ ਜਾ ਕੇ ਸਿਵਲ ਹਸਪਤਾਲ ਮਤਲਬ ਪਹੁੰਚੇ, ਉੱਥੇ ਮੇਰੇ ਭਾਬੀ ਜੀ, ਮੈਂ ਆਪਣੇ ਦੇਖੇ, ਮੇਰੇ ਭਾਬੀ ਦੀ ਮੌਕੇ 'ਤੇ ਡੈਥ ਹੋ ਗਈ ਸੀਗੀ। ਅਤੇ ਉਸ ਤੋਂ ਬਾਅਦ ਦੂਜੀ ਐਂਬੂਲੈਂਸ ਆਈ, ਮੇਰੇ ਵੱਡੇ ਤੇ ਭਰਾ ਧਰਮਵੀਰ ਜੀ ਆਏ। ਧਰਮਵੀਰ ਜੀ ਨੇ ਜਦੋਂ ਦੇਖਿਆ ਆ ਕੇ, ਧਰਮਵੀਰ ਜੀ ਨੂੰ ਉਹ ਕਹਿਣ ਲੱਗੇ, ਮਤਲਬ ਮੈਂ ਕਹਿੰਦਾ ਉਹਨੂੰ ਉੱਥੇ ਲੈ ਜਾਂਦੇ DMC। ਕਹਿੰਦੇ ਨਹੀਂ, ਪਹਿਲਾਂ ਸਿਵਲ 'ਚ ਅਸੀਂ ਚੈੱਕ ਕਰਾਉਣਾ ਹੈਗਾ। ਅਤੇ ਜਦੋਂ ਉਸ ਤੋਂ ਬਾਅਦ ਉਹਨਾਂ ਨੇ ਚੱਕ ਕੇ ਆਪਣਾ ਐਂਬੂਲੈਂਸ 'ਚ ਪਾਇਆ, DMC ਗਏ ਜੀ। ਉੱਥੇ ਵੀ ਮਤਲਬ ਕੁਛ ਟਾਈਮ ਲੱਗਿਆ, ਪਹਿਲਾਂ ਗੱਡੀ ਗੁੱਡੀ ਘੁੰਮਦੀ ਰਹੀ ਇੱਧਰ ਉੱਧਰ। ਉਸ ਤੋਂ ਬਾਅਦ ਮਤਲਬ ਕੁਛ ਦੇਰ ਉੱਥੇ ਰਹੇ, ਉਹਨਾਂ ਨੇ ਵੀ ਜਵਾਬ ਦਿੱਤਾ ਸੀ। ਹਾਂਜੀ, ਕੈਮਰੇ ਦੀ ਫੋਟੋ ਆਈ ਸੀ ਜੀ। ਉਹਨਾਂ ਨੇ ਮਤਲਬ ਪੁਲਿਸ ਨੇ ਕਾਰਵਾਈ ਕੋਈ ਕੀਤੀ ਨਹੀਂ, ਉਹ ਸਾਡੇ ਮਤਲਬ ਮੇਰੇ ਭਾਈ ਗਏ ਸੀਗੇ, ਉਹਨਾਂ ਨੇ ਕਾਰਵਾਈ ਆਪ ਲਿਆ, ਮਤਲਬ ਫੋਟੋ ਸੀ ਕਢਾਉਣੇ ਕਢਵਾਈ ਆ ਉੱਥੇ। ਮਤਲਬ ਹਾਂਜੀ, ਉੱਥੇ ਮਤਲਬ ਉਹ ਕਹਿ ਰਹੇ ਸੀਗੇ, 2 ਬੰਦੇ ਅਸੀਂ ਮੌਕੇ 'ਤੇ ਫੜੇ ਸੀਗੇ, ਬੰਦੇ ਮਹਾਂਪੁਰਸ਼ ਇਹ 5 ਹੈਗੇ ਜੀ। ਅਸੀਂ ਮੈਂ ਕਹਿੰਦੇ ਸਾਡਾ ਇਨਸਾਫ ਹੋਵੇ ਜੀ। FIR ਲਿਖੀ ਪੁਲਿਸ ਨੇ? ਹਾਂਜੀ, FIR ਕੀਤੀ ਹੈ ਜੀ, ਪਰ ਮੈਨੂੰ ਉਹ ਦਬਕਾ ਮਾਰ ਰਿਹਾ ਸੀ ਜੀ। ਉਹ ਜਿਹੜੀ ਪੁਲਿਸ ਦੀ ਕਾਰਵਾਈ ਹੈ ਉਹ ਢਿੱਲੀ ਚੱਲ ਰਹੀ ਹੈ ਉਸ ਤੋਂ? ਹਾਂਜੀ, ਢਿੱਲੀ ਚੱਲ ਰਹੀ ਹੈ ਜੀ। ਤੁਸੀਂ ਮੰਗ ਕਰਦੇ ਹੋ? ਹਾਂਜੀ, ਮੰਗ ਰਹੇ ਕਾਰਵਾਈ ਕੀਤੀ ਜਾਵੇ ਜੀ। ਲੱਗਦਾ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ? ਹਾਂਜੀ, ਸ਼ਰਾਬ ਪੀਤੀ, ਉਹਨਾਂ ਨੇ ਖੁਦ ਕਿਹਾ ਜੀ ਸ਼ਰਾਬ ਪੀਤੀ ਹੋਈ ਸੀ। ਮੇਰੇ ਕੋਲੇ ਬੈਠੇ ਸੀ, ਐਂਬੂਲੈਂਸ ਦੇ ਵਿੱਚ ਹੀ ਬੈਠੇ ਸੀ 2 ਮੁੰਡੇ ਮੇਰੇ ਨਾਲ। ਮੁਲਾਜ਼ਾ ਹੋਇਆ? ਹਾਂਜੀ, ਉਹਨਾਂ ਦਾ ਮੁਲਾਜ਼ਾ ਹੋਇਆ? ਹਾਂਜੀ, ਮੁਲਾਜ਼ਾ ਹੋਇਆ ਜੀ। ਹਾਂਜੀ ਹਾਂਜੀ, ਪਰ ਸਾਨੂੰ ਰਿਪੋਰਟ ਨਹੀਂ ਹਜੇ ਕੋਈ ਆਈ ਜੀ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਔਨ ਏਅਰ।